एक फैक्ट्री नू चोरां दे वल्लों तीन दिनां दे विच दूसरी बार निशाना बनाया गया। कहा गया कि कंध नू पाड़ के चोर फैक्ट्री दे अंदर दाखल होए ते उस तो बाद दे विच लखां रुपए दा समान चोरी करके फरार हो गए। ते घटना सीसीटीवी दे विच कैद होई है। तस्वीरां दे विच एक शख्स नू फैक्ट्री दे अंदर दाखल हुंदे शरेआम देखा जा सकता। हालांकि अंदर दी भी फुटेज सामने आई है जिस दे विच एक बैग उसके हत्थां दे विच दिख रहा है, झोले दे विच उसने समान पाया हुआ है ते बाहर नू आउंदा भी दिखाई दे रहा है। तो कहा जा रहा है कि यह एक विधायक दे रिश्तेदार दी फैक्ट्री है जो कि विधायक दा मामा लगता है। उसकी फैक्ट्री नू चोरां दे वल्लों तीन दिनां दे विच दूसरी बार निशाना बनाया गया। हालांकि हुण इस घटना की जानकारी फैक्ट्री दे मालक वल्लों पुलिस नू दित्ती गई है ते पुलिस दे वल्लों मामले की जांच शुरू कर दित्ती है। तो मामला बटाला तो सामने आया है। बटाला दे विधायक दे मामे दी इह फैक्ट्री कही जा रही है जिसनू चोरां दे वल्लों तीन दिनां च दूसरी बार निशाना बनाया गया। कंध पाड़ के कहा जा रहा है कि चोर अंदर दाखल हुंदे ने ते चोरी दी वारदात नू अंजाम दिता जांदा है ते मौके तो फरार हो जांदे ने। घटना सीसीटीवी दे विच कैद हुई है। फिलहाल हुण इस घटना की जानकारी पुलिस नू दे दित्ती गई है। पुलिस दे वल्लों जांच कीती जा रही है। ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਗੱਲ ਸੀ ਜੀ ਭਣੇਵੇਂ ਨੇ ਆਪਣੇ ਜੀ ਅਤੇ ਕਿੰਨਵੀਂ ਵਾਰੀ ਚੋਰੀ ਹੋ ਗਈ ਜੀ ਕਿੰਨੇ ਦਿਨਾਂ 'ਚ ਚੋਰੀ ਇਹ ਤਿੰਨਾਂ ਦਿਨਾਂ 'ਚ ਦੂਜੀ ਵਾਰੀ ਹੋਈ ਹੈ ਜੀ ਕਿੰਨਾ ਕੁ ਨੁਕਸਾਨ ਇੱਥੇ ਬਹੁਤ ਕਰੋੜਾਂ ਦਾ ਸਟਾਕ ਪਿਆ ਹੁੰਦਾ ਜੀ ਇੱਕਦਮ ਅਸੀਂ ਇਵੈਲੂਏਟ ਨਹੀਂ ਕਰ ਸਕਦੇ ਲੇਕਿਨ ਫਿਰ ਵੀ ਲੱਖਾਂ 'ਚ ਹੀ ਆ ਚੋਰੀ ਜੀ ਜੋ ਜੋ ਵਰਕਰ ਵੇਖਣਗੇ ਵੀ ਕਿਹੜਾ ਕਿਹੜਾ ਮਾਲ ਗਿਆ ਜਿਉਂ ਜੋ ਜਿਹੜਾ ਪੁਰਜਾ ਵਰਤੋਂ 'ਚ ਆਉਂਦਾ ਵਾ ਫਿਰ ਹੀ ਪਤਾ ਲੱਗੇਗਾ ਵੀ ਕਿਹੜਾ ਕਿਹੜਾ ਪੁਰਜਾ ਗਿਆ ਵਾ ਕਿੰਨੇ ਕੁ ਚੋਰ ਆਉਂਦੇ ਨੇ ਲਗਾਤਾਰ ਉਦਣ ਜਿਹੜੇ ਪਿਛਲੇ ਮੈਂ ਇਹਨਾਂ ਨੂੰ ਸੀਸੀਟੀਵੀ ਦਿੱਤੀ ਸੀ ਪਰਸੋਂ ਦੀ ਉਹਦੇ 'ਚ ਦੋ ਚੋਰ ਲੱਭਦੇ ਆ ਹੋ ਸਕਦਾ ਵੱਧ ਵੀ ਹੋਣ ਲੇਕਿਨ ਸੀਸੀਟੀਵੀ ਦੀ ਮੈਂ ਇਹਨਾਂ ਨੂੰ ਰਿਕਾਰਡਿੰਗ ਦਿੱਤੀ ਸੀ ਉਦਣ ਸਾਹਿਬ ਬਲਵਿੰਦਰ ਸਿੰਘ ਜੀ SI ਆਏ ਸੀ ਉਹਨਾਂ ਨੂੰ ਮੈਂ ਦਿੱਤੀ ਸੀ ਅਤੇ ਉਹ 'ਚ ਦੋ ਤਾਂ ਲੱਭਦੇ ਹੀ ਹੋ ਸਕਦਾ ਵੱਧ ਵੀ ਹੋਣਗੇ ਹਾਂਜੀ ਇਹ ਕੰਧ ਆ ਜੀ ਪਿਛਲੇ ਹਸਲੀ ਵੱਲੋਂ ਦੀ ਹਸਲੀ ਨਾਲਾ ਲੱਗਦਾ ਪਿੱਛੇ ਇੱਧਰੋਂ ਦੀ ਕੰਧ ਪਾੜ ਕੇ ਨਾਰਮਲ ਫਾਉਂਡੀ ਆ ਨਾਲ ਇਹਨਾਂ ਦੇ ਸ਼ੈੱਡ ਤੋਂ ਦੀ ਚੜ੍ਹ ਕੇ ਅਤੇ ਅੱਗੇ ਵੀ ਇੱਧਰ ਇੱਧਰੋਂ ਦੀ ਆਏ ਸੀ ਪਰਸੋਂ ਅਤੇ ਅੱਜ ਵੀ ਇੱਥੋਂ ਦੀ ਆਏ ਆ ਪੁਲਿਸ ਉਦਣ ਆਏ ਸੀ ਅਸੀਂ ਬਲਵਿੰਦਰ ਸਿੰਘ ਜੀ ਕਹਿੰਦੇ ਸੀ ਅਸੀਂ ਕਰਾਂਗੇ ਬਾਕੀ ਇਹ ਤਾਂ ਇਹਨਾਂ ਨੂੰ ਪਤਾ ਹੋਣਾ ਵੀ ਕੀ ਕੰਡ ਰਹੇ ਨੇ ਦੇਖੋ ਜਿਉਂ ਦੀ ਸ੍ਰਿਸ਼ਟੀ ਬਣੀ ਆ ਮਾੜੇ ਚੰਗੇ ਬੰਦੇ ਤਾਂ ਹੈ ਹੀ ਆ ਜੀ ਕਾਨੂੰਨ ਮਾੜੇ ਬੰਦਿਆਂ ਲਈ ਬਣੇ ਨੇ MLA ਸਾਹਿਬ ਬਹੁਤ ਵਧੀਆ ਇਨਸਾਨ ਆ ਜੀ ਬਹੁਤ ਮਿਹਨਤ ਕਰਦੇ ਨੇ ਇਹੋ ਜਿਹੇ MLA ਸਾਨੂੰ ਲੱਭ ਨਹੀਂ ਸਕਦੇ ਅਸੀਂ ਇਸ ਗੱਲ ਨੂੰ ਉਹਨਾਂ ਦੇ ਨਾਲ ਰਿਲੇਟ ਨਹੀਂ ਕਰ ਸਕਦੇ ਬਾਕੀ ਉਹ ਆਪਣੀ ਕੋਸ਼ਿਸ਼ ਕਰ ਰਹੇ ਨੇ ਪੁਲਿਸ ਵੀ ਆਪਣੀ ਕੋਸ਼ਿਸ਼ ਕਰ ਰਹੀ ਆ ਅਤੇ ਮੈਨੂੰ ਉਮੀਦ ਆ ਕਿ ਪੁਲਿਸ ਕੁਝ ਨਾ ਕੁਝ ਦਾ ਹੱਲ ਕੱਢੇਗੀ ਕੁਝ ਨਾ ਕੁਝ ਸਾਡੇ ਹੱਕ ਰਸੀ ਹੋਏਗੀ ਬਾਕੀ MLA ਸਾਹਿਬ ਵੀ ਆਪਣਾ ਇੰਸਟਰਕਸ਼ਨਾਂ ਦੇਣਗੇ MLA ਸਾਹਿਬ ਬਹੁਤ ਵਧੀਆ ਕੰਮ ਕਰਦੇ ਆ ਜੀ ਬਾਕੀ ਚੋਰੀ ਜਿਹੜੀ ਆ ਇਹ ਬੰਦ ਹੋਣੀ ਚਾਹੀਦੀ ਆ ਇੰਡਸਟਰੀ ਅੱਗੇ ਬਹੁਤ ਆਪਣਾ ਮਾੜੇ ਹਾਲਾਤਾਂ 'ਚ ਆ ਇਸ ਕਰਕੇ ਮੇਰੀ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਆ ਕਿ ਚੋਰਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਸਾਨੂੰ ਇਨਸਾਫ ਮਿਲ ਸਕੇ ਧੰਨਵਾਦ ਮੈਨੂੰ SI ਬਲਵਿੰਦਰ ਸਿੰਘ ਕਿਆ ਹੁਣ ਆਏ ਜਿੱਥੇ ਵੇਖਿਆ ਕਿ ਇੱਥੋਂ ਆਣ ਕੇ ਨਾ ਕੋਈ ਵੀਡੀਓ ਵੀ ਬਣੀਆਂ ਬੰਦਿਆਂ ਜਿਹੜੇ ਅੰਦਰ ਵੜੇ ਆ ਇੱਥੋਂ ਆਣ ਕੇ ਇੱਥੋਂ ਮਾਲ ਦੇ ਮੋਟਰ ਮਾਟਰ ਇੱਧਰ ਸੰਨ ਲਾ ਕੇ ਨਾ ਤੂੰ ਕੰਧ ਪਾੜ ਕੇ ਇੱਧਰੋਂ ਲੈ ਕੇ ਗਏ ਉਹ ਜੀ ਹਾਂਜੀ ਬਸ ਲੱਗੇ ਬਿਆਨ ਲੈ ਕੇ ਪਰਚਾ ਲੱਗੇ ਨੇ ਇਹਨਾਂ ਦਾ ਕੋਸ਼ਿਸ਼ ਰੋਲ ਗਸਤਾਂ ਲੱਗੀਆਂ ਵਾ ਪੀਸੇ ਨੂੰ ਲੱਤਰਾਈ ਜਾਵੇ ਆਪਣੇ ਉਹ ਕਰ ਜਾਂਦੇ ਬੰਦਾ ਘਟਾ ਹਾਂਜੀ ਖਾਣ ਨਾਕੇ ਲੱਗੇ ਆ ਬਾ ਪੀਸਰੇ ਗਸਤਾਂ ਵਧਾਈਆਂ ਹੋਈਆਂ ਰਾਤ ਦੀਆਂ ਪਹਿਲਾਂ ਚੋਰੀ ਹੁੰਦੀ ਇੰਡਸਟਰੀ ਜਿਹੜੀ ਬਹੁਤ ਜ਼ਿਆਦਾ ਉੱਥੇ ਚਾਰ ਨਾਕੇ ਲਗਾਤਾਰ ਲਾਤੇ ਸਾਰੀ ਕਵਰ ਕਰ ਲਏ ਉਧਰਲੇ ਪਾਸੇ ਹੁਣ ਉਹਦਾ ਜੋਰ ਨਹੀਂ ਪਰ ਇੱਧਰ ਨਿੱਕੀ ਨਿੱਕੀ ਦੇ ਵੇਖ ਕੇ ਦਿੰਦੇ ਨੇ ਫਿਰ ਤੁਰ ਕੇ ਕਿ ਤਾੜ ਕੇ ਕੋਈ ਕੰਮ ਕਰ ਜਾਂਦੇ ਉਹ